ਸਤਿਕਾਰ ਜੀ ਸਾਰੇ ਪਿੰਡਾਂ ਨੂੰ। ਲੋ ਬਾਈ ਅੱਜ ਬਾਕੂ ਰਾਈਡਰ ਦਾ ਪੰਪ ਲੈ ਕੇ ਆਏ ਹਾਂ ਸਰਦਾਰ ਮੱਕੀ ਬਾਈ ਕੋਲ ਪੰਪ ਲਾਉਣ ਦਾ ਰਾਈਡਰ ਅਤੇ ਫਿਰ ਅੱਜ ਕਈ ਬੁੱਲਿਆ ਦਾ ਦੋ ਤਿੰਨ ਦਿਨ ਦਾ ਹੋਇਆ ਤਾ ਪੰਪ ਟਾਈਮ ਨਹੀਂ ਲੱਗਦਾ ਬਾਈ ਅੱਜ ਟਾਈਮ ਕੱਢਿਆ ਉਹਨੂੰ ਕੱਲ੍ਹ ਹੀ ਲਗਾਉਣ ਬਹੁਤ ਵਧੀਆ ਐਤਵਾਰ ਕਰਕੇ ਅਤੇ ਇੱਥੇ ਨਾ ਆਇਆ ਤਾਂ ਬਾਈ ਜਸ਼ਨ ਮਤਲਬ ਜਸ਼ਨ ਇਹ ਕਹਿੰਦਾ ਮੈਂ ਵੀ ਦੇਖ ਕੇ ਆਉਣਾ ਬਾਈ ਪੰਪ ਕਿਵੇਂ ਆਉਂਦਾ ਮੈਂ ਚੱਲ ਬਾਈ ਕਿਉਂ ਚੱਲ ਉਹਨੂੰ ਮਸ਼ੀਨ ਲਗਾਈ ਮੈਂ ਇਹਦੇ ਤੋਂ ਪੰਪ ਦੀ ਸੈਟਿੰਗ ਹੁੰਦੀ ਆ ਬਾਈ ਇਹ ਕਹਿੰਦਾ ਇਹਦੇ ਬਣਾਉਂਦੀ ਮੈਂ ਹਾਂ ਬਾਈ ਇਹਦੇ ਬਣਾਉਂਦੀ ਬਾਕੀ ਲੱਕੀ ਦਾ ਜਿਹੜਾ ਬਾਈ ਪੰਪ ਤਾਂ ਮਤਲਬ ਲੱਕੀ ਨਾਲ ਵੀ ਪੰਪ ਖੋਲ ਲਵੇ ਮੇਰਾ ਡੀਜੇ ਨਾਲ ਲੱਗੇ ਹੋਏ ਤਾਂ ਰਾਹ ਲਗਾ ਦੇ ਪੰਪ ਦਾ ਪਾ ਜਾ ਰਿਹਾ ਲੱਕੀ ਨਾਲ ਤਾਂ ਫ੍ਰੀ ਮਿਲਾਉਂਦੇ ਮਤਲਬ ਲੱਕੀ ਨਾਲ ਬਾਈ ਮਿਲੋ ਲੱਕੀ ਨੂੰ ਬਾਈ ਲੱਕੀ ਪੰਪ ਟਰੈਕਟਰ ਦੇ ਨਾਲ ਦਈਦਾ ਬਾਈ 22 ਸਾਲ ਲਾ ਗਿਆ ਪੰਪ ਦੇਖੋ 2000 ਮਾਡਲ ਟਰੈਕਟਰ ਦਾ ਨਾਲ ਦਾ ਹੀ ਪੰਪ ਦਾ ਬਾਈ ਕਹਿੰਦਾ ਇਹ ਨਾਲ ਦਾ ਹੁਣ ਸਾਨੂੰ ਤਾਂ ਬਾਈ ਪਤਾ ਨਹੀਂ ਤਾਂ ਇਹਦਾ ਖੋਲਿਆ ਵੀਰ ਨੂੰ ਤਾਂ ਪਤਾ ਤਾ ਇਹ ਕਹਿੰਦਾ ਨਾਲ ਦਾ ਪੰਪ ਆ ਅਤੇ ਹੁਣ ਫਿਰ ਲੱਕੀ ਅਜੇ ਪਲੈਂਜਰ 585 ਵਾਲੇ ਪੈਣਗੇ 585 ਬਣਾ ਦੇਣਾ ਹੁਣ ਇਹ ਫਿਰ ਹੁਣ ਜ਼ੋਰ ਮਾਰੂਗਾ ਫਿਰ ਪੂਰਾ ਹੈ ਨਾ ਬਾਬਾ ਜ਼ੋਰ ਤੱਕ ਤਾਂ ਮਤਲਬ ਬਲਾ ਠੀਕ ਆ ਵੀਰੇ ਓਰੀਜਨਲ ਪਾਉਣਾ ਆਪਾਂ ਨੇ ਜਦ ਹੁਣ ਯਾਰ ਕੋਈ ਚੱਕਰ ਨਹੀਂ ਨਾ ਠੀਕ ਨੀ ਠੀਕ ਆ ਓਕੇ 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 ਭਾਈ ਆ ਖੋਲਿਆ ਪਿਆ ਪੰਪ ਜਮਾਂ ਹੀ ਖਾਲੀ ਕਰਤਾ ਲੱਕੀ ਫਿਰ ਮੈਨੂੰ 855 ਵੀ ਦਿਖਾਈ ਉਹ ਜਿਹਨੂੰ ਮੋਡੀਫਾਈ ਪੰਪ ਲਾਇਆ ਆਪਾਂ ਨੇ ਉਹ ਕੋਈ ਗੱਲ ਨਹੀਂ ਆ ਪੰਪ ਫੜੋ 17 ਮਾਡਲ ਦਾ ਪੰਪ ਪਿਆ ਸੀ ਅਸੀਂ ਉਹ ਲਾਦਾ ਵੀ ਆਹ ਬੰਦੇ 9 ਮਾਡਲ ਦਾ ਪੰਪ ਖੋਲੇ 9 ਮਾਡਲ ਦਾ ਖੋਲਿਆ ਇਹ ਤੇ 17 ਲਾਦਾ ਬੰਦਾ ਦੱਸਦਾ ਵੀ ਹਾਂ ਬੰਦੇ ਨੂੰ ਪਹਿਲਾਂ ਕੰਪਨੀ ਫਿਲਟਰ ਲਾਇਆ ਦਾ ਆਪਣੇ ਕਰਕੇ ਠੀਕ ਆ ਬੰਦਾ ਕਹਿੰਦਾ ਵੀ ਠੀਕ ਹੈ ਜੋਰ ਆ ਕੰਪਨੀ ਨਾਲ ਮਾਰਦਾ ਕਹਿੰਦਾ ਪਰ ਉਹ ਫਾਇਦਾ ਨਹੀਂ ਆਇਆ ਠੀਕ ਮੋਡੀਫਾਈ ਕਰਿਆ ਬੰਦਾ ਕਹਿੰਦਾ ਬਹੁਤ ਵਧੀਆ ਰਿਜ਼ਲਟ ਹੈ ਬਹੁਤ ਵਧੀਆ ਠੀਕ ਆ ਕੋਈ ਮੇਰੇ ਵੀਰ ਦੇ ਲਵਾ ਕੇ ਤਸੱਲੀ ਕਰਨੀ ਹੋਵੇ ਤਾਂ ਤਸੱਲੀ ਕਰਾ ਦਾਂਗੇ ਆਪਾਂ ਠੀਕ ਆ ਪੰਪ ਹਾਂ ਫਿਰ ਉਹ ਤੇਲ ਖਰਚੇ ਦਾ ਤੇਲ ਖਰਚਾ ਜਾਏਗਾ ਘੱਟੋ ਘੱਟ ਜੇ 50 ਦਾ 55 58 ਚ ਵੀ ਬਣ ਜਾਊਗਾ ਠੀਕ ਆ ਪੰਪ ਨਾਲੇ ਬਣ ਜਾਊਗਾ ਹਾਂ ਫਿਰ ਹੀ ਹੋਊਗਾ ਜਿਹਨੂੰ ਕਹਿੰਦੇ ਨੇ ਠੀਕ ਆ ਠੀਕ ਆ ਆਪਾਂ ਜੇ ਕਿਸੇ ਨੇ ਨਹੀਂ ਪੰਪ ਕਰਾਉਣਾ ਆਪਾਂ ਲਾ ਕੇ ਅਗਲੇ ਚੈੱਕ ਕਰਾ ਦਾਂਗੇ ਬਾਈ ਦੇਖ ਤੂੰ ਜ਼ੋਰ ਤਸੱਲੀ ਕਰ ਲਾ ਹਨਾ ਬਾਅਦ 'ਚ ਕਰਾਂਗੇ ਹਨਾ ਬਾਈ ਜੇ ਕਿਸੇ ਵੀਰ ਨੇ ਲਾਉਣਾ ਹੋਇਆ 55 ਨੂੰ ਪੰਪ ਤਾਂ ਵੀਰ ਨੇ ਆਹ ਤਿਆਰ ਕਰਕੇ ਵੀ ਰੱਖਿਆ ਵਾ ਮੋਡੀਫਾਈ ਕੋਈ ਗੱਲ ਨਹੀਂ ਵੀਰ ਜੇ ਨਹੀਂ ਵੀ ਪੰਪ ਕਰਾਉਣਾ ਤਾਂ ਪੰਪ ਲਵਾ ਕੇ ਜ਼ੋਰ ਚੈੱਕ ਕਰ ਸਕਦੇ ਹਾਂ ਟਰੈਕਟਰ ਦਾ ਕੋਈ ਪੈਸਾ ਨਹੀਂ ਲਵਾਂਗੇ ਆਪਾਂ ਬਾ ਠੀਕ ਆ ਵੀਰੇ ਅਤੇ ਬਾਕੀ ਹੁਣ ਇਹਦਾ ਫਿਰ ਸਮਾਨ ਆਊਗਾ ਅੱਜ ਸ਼ਾਮ ਨੂੰ ਸਮਾਨ ਆਊਗਾ ਕੱਲ੍ਹ ਨੂੰ ਫਿਟਿੰਗ ਕਰ ਦਾਂਗੇ ਹੈ ਨਾ ਬਾਈ ਬਾਈ ਵੀਰ ਕੱਲ੍ਹ ਨੂੰ ਫਿਟਿੰਗ ਹੋਊਗੀ ਫਿਰ ਤੁਹਾਨੂੰ ਕੱਲ੍ਹ ਦੇ ਬਲੌਗ 'ਚ ਪਾਵਾਂਗੇ ਇਹਦੀ ਫਿਟਿੰਗ ਦਾ ਅਗਲੇ 'ਚ ਅਤੇ ਬਾਕੀ ਹੁਣ ਚੱਲੀਏ ਫਿਰ ਵਾਂਗੂ ਚੱਲੀਏ ਜਸ਼ਨ ਬਾਈ ਸਾਡੇ ਕੋਲ ਪੰਪ ਆ ਵੀ ਪਿਆ ਅਸੀਂ ਬਸਰਾ ਪੰਪ ਲਾ ਕੇ ਨਾ ਸੈਂਫਰ ਵਾਲਾ ਪੰਪ ਦਾ ਅੱਛਾ ਸਾਡਾ ਬਾਈ ਜਗਾੜੂਆਂ ਚ ਤਾਂ ਇੱਕ ਨੰਬਰ ਆ ਬਾਈ ਇਹ ਸਾਡਾ ਪੰਪ ਵਾਲਾ ਬਾਈ ਜਿਕਣਾ ਕਾਲੇ ਉਹਨੇ ਬਾਈ ਜਦੇ ਜੋ ਮਰਜ਼ੀ ਕਰਾ ਲਾ ਉਧਰ ਲੱਕੀ ਤੇ ਜੋ ਮਰਜ਼ੀ ਕਰਾ ਲਾ ਪੰਪ ਕਰਾਇਆ ਤਾਂ ਬਾਈ ਤੇ ਨਾੜ ਆ ਦੇਖ ਬਾਈ ਬਾਈ ਨੂੰ ਸਮਾਨਤ ਕਰਿਆ ਬਾਈ ਬਸੀ ਗੁਜਰਾਂ ਆ ਦੇਖੋ ਇੱਕ ਆ ਸਮਾਨੇ ਦੀ ਕੋਈ ਆਹ ਟਰੈਕਟਰ ਕਰਿਆ ਵਾ ਬਾਈ ਇਹਦਾ ਪੰਪ ਬਾਈ ਨੇ ਆਪ ਕਰਿਆ ਵਾ ਆਹ 11 ਜਿਵੇਂ ਮੇਰੇ ਵੀਰ ਕਈ ਮੁਕਾਬਲਿਆਂ 'ਚ ਜਾਂਦੇ ਵੀ ਆ ਦੇਖਦੇ ਵੀ ਲੈਂਦੇ ਆ ਤਾਂ ਬਾਈ ਇਹ ਟਰੈਕਟਰ ਦਾ ਪੰਪ ਲੱਕੀ ਬਾਈ ਨੇ ਕਰਿਆ ਵਾ ਆਹ 11 ਦਾ ਅਤੇ ਚਲੋ ਠੀਕ ਆ ਲੱਕੀ ਵੀਰ ਚੱਲਦੇ ਹਾਂ ਮਿਲਦੇ ਹਾਂ ਕੱਲ੍ਹ ਨੂੰ ਵੀਰ ਓਕੇ ਲਓ ਜੀ ਬਾਈ ਮੋਟਰ 'ਤੇ ਆ ਗਏ ਅੰਬ ਵਾਲੀ 'ਤੇ ਦੇਖ ਲਓ ਅੱਜ ਨਹੀਂ ਮੀਂਹ ਪਿਆ ਕੱਲ੍ਹ ਵੀ ਨਹੀਂ ਪਿਆ ਮੀਂਹ ਕੱਲ੍ਹ ਸਵੇਰੇ ਥੋੜ੍ਹਾ ਹੀ ਪਿਆ ਤਾ ਬਾਈ 2 ਦਿਨ ਦੇ ਮੀਂਹ ਨਾ ਪੈਣ ਪਿੱਛੇ ਮੋਟਰਾਂ ਚੱਲ ਗਈਆਂ ਸਾਰੀ ਮੋਟਰਾਂ ਚੱਲ ਪਈਆਂ ਸਾਡੇ ਤਕਰੀਬਨ 50% ਮੋਟਰਾਂ ਚੱਲੇ ਪਈਆਂ ਬਾਈ ਜਿਹੜੇ ਕੋਈ ਖੇਤ ਨੀਵੇਂ ਅਤੇ ਉਹ ਮੋਟਰਾਂ ਹਜੇ ਖੜੀਆਂ ਉਹਨਾਂ 'ਚ ਪਾਣੀ ਖੇਤਾਂ 'ਚ ਹੈਗਾ ਬਾਕੀ ਖੇਤਾਂ 'ਚ ਪਾਣੀ ਸਾਰਿਆਂ 'ਚ ਸੁੱਕ ਗਿਆ ਅਤੇ ਇਹ ਤੇੜਾਂ ਪੱਟਣ ਦਾ ਡਰ ਰਹਿੰਦਾ ਬਾਈ ਤਾਂ ਕਰਕੇ ਮੋਟਰਾਂ ਚੱਲ ਚਲਾ ਦਿੱਤੀਆਂ 7 ਵਜੇ ਵਾਲੀ ਚੱਲਦੀ ਆ ਬਾਰੀ ਹੁਣ ਮੋਟਰ 'ਤੇ ਪਹੁੰਚੇ ਹੋਏ ਹਾਂ ਅਤੇ ਹੁਣ ਪਾਣੀ ਪੂਣੀ ਸੈੱਟ ਕਰ ਜਾਂਗੇ 9 ਵੱਜ ਗਏ ਰਾਤ ਦੇ ਕਿਉਂਕਿ 3 ਵਜੇ ਭੱਜਣੀ ਲਾਈਟ ਤੜਕੇ ਨੂੰ ਰਾਤ ਨੂੰ ਗੇੜੇ ਮਾਰਨੇ ਨਾਲ ਇੱਕ ਵਾਰੀ ਹੁਣ ਪਾਣੀ ਸੈੱਟ ਕਰ ਦੇਣਾ ਸਵੇਰੇ ਦੇਖਾਂਗੇ ਬਾਕੀ ਬਾਈ ਫਿਰ ਆ ਕੇ ਅਤੇ ਬਾਕੀ ਬਾਪੂ ਦਾ ਟਰੈਕਟਰ ਦਾ ਪੰਪ ਦੇ ਆਏ ਸੀਗੇ ਅੱਜ ਸਮਾਨ ਉਹਦਾ ਆ ਗਿਆ ਹੁਣ ਵੀਰੇ ਸ਼ਾਮ ਨੂੰ ਫੋਨ ਤਾਂ ਆਇਆ ਨਹੀਂ ਪਰ ਲੱਕੀ ਬਾਈ ਦਾ ਕੱਲ੍ਹ ਦਾ ਟਾਈਮ ਦਿੱਤਾ ਵਾ ਉਹਨੇ ਆਪਾਂ ਨੂੰ ਕਹਿੰਦਾ 11 ਵਜੇ ਆ ਜਾਓ ਕੱਲ੍ਹ ਨੂੰ ਅਤੇ ਉਹਦੇ 'ਚ ਹੁਣ ਸਮਾਨ ਤਾਂ ਵੀਰੇ ਪਾਵਾਂਗੇ ਸਾਰਾ ਬੋਸ਼ ਕੰਪਨੀ ਦਾ ਹੀ ਆਪਾਂ
ਵਧੀਆ ਕੋਈ ਗਾਰੰਟੀ ਵਾਲਾ ਕੰਮ ਕਰਾਂਗੇ ਕਿਉਂਕਿ ਜਦ ਪਹਿਲਾਂ ਪੰਪ ਹੁਣ 22 ਸਾਲ ਬਾਅਦ ਪੰਪ ਖੁੱਲਿਆ ਟਰੈਕਟਰ ਦਾ ਕੋਈ ਕੰਪਲੇਂਟ ਨਹੀਂ ਆਈ ਉਹ ਕਹਿੰਦੇ 22 ਸਾਲ ਨਾਲ ਦਾ ਹੀ ਗੱਲ ਕੀ ਕਹਿੰਦਾ ਟਰੈਕਟਰ ਦੇ ਪੰਪ ਇਹ ਅਤੇ ਹੁਣ ਉਹਦੇ ਪਾਵਾਂਗੇ 585 ਵਾਲੇ ਪਲੈਂਜਰ ਉਹਨਾਂ ਦਾ ਥੋੜ੍ਹਾ ਫਰਕ ਹੁੰਦਾ ਬਾਈ ਨੰਬਰਾਂ ਦਾ ਅਤੇ ਫਿਰ ਜ਼ੋਰ ਜ਼ੋਰ 'ਚ ਫਰਕ ਪੈ ਜੂਗਾ ਕਾਫੀ ਅਤੇ ਉਹਦੀਆਂ ਨਿਊਜ਼ਲਾਂ ਨਾਜ਼ਲਾਂ ਵੀ ਉੱਕੇ ਸਾਰੀਆਂ ਨਵੀਆਂ ਪੈਣਗੀਆਂ ਅਤੇ ਚਲੋ 14-15 ਕੁ ਹਜ਼ਾਰ ਦਾ ਬਿੱਲ ਬਣੂਗਾ ਤਕਰੀਬਨ ਉਹਨੇ ਐਸਟੀਮੇਟ ਜਿਹਾ ਦਿੱਤਾ ਤਾ ਬਾਈ ਮੋਟਾ ਜਿਹਾ ਬਾਕੀ ਕੱਲ੍ਹ ਪਤਾ ਲੱਗ ਜੂ ਅਤੇ ਬਾਕੀ ਫਿਰ ਪੰਪ ਉਹ ਮੋਡੀਫਾਈ ਕਰਾ ਕੇ 585 ਵਾਲਾ ਪਵਾ ਕੇ ਅਤੇ ਪਲੈਂਜਰ ਫਿਰ ਤੁਹਾਨੂੰ ਦਿਖਾਵਾਂਗੇ ਬਾਈ ਚਲਾਈ ਪਰ ਬਾਹੀ ਪਰ ਟਰੈਕਟਰ ਚੈੱਕ ਕਰਾਵਾਂਗੇ ਇੱਕ ਤਾਂ ਉਹ ਹਾਈ ਸਪੀਡ ਹੋ ਗਿਆ ਹੁਣ ਇੱਕ ਉਹਦਾ ਪੰਪ ਦਾ ਕੰਮ ਹੋ ਗਿਆ ਮੋਡੀਫਾਈ ਇੰਜਣ ਉਹਦਾ ਸੱਟੇ ਆ ਬਾਈ ਟਰੈਕਟਰ ਦਾ ਕਿਉਂਕਿ ਬਾਪੂ ਨੇ ਬਹੁਤਾ ਧੱਕਾ ਨਹੀਂ ਕਰਿਆ ਹੋਇਆ ਟਰੈਕਟਰ ਨਾਲ ਸਹੀ ਹੋਤਾ ਉਹਦਾ ਅਤੇ ਉਹਦੇ ਬਾਅਦ ਫਿਰ ਤੁਹਾਨੂੰ ਚੈੱਕ ਕਰਾਵਾਂਗੇ ਬਾਈ ਵੀਡੀਓ ਪਾਉਂ ਗਿਆ ਉਹਦੀ ਬਾਹੀ 'ਚ ਕਿੰਨਾ ਤੋਰਾ ਕਿੰਨਾ ਤੇਲ ਖਾਂਦਾ ਅਤੇ ਚਲੋ ਹੁਣ ਆਪਾਂ ਮੋੜਦੇ ਹਾਂ ਨੱਕੇ ਅਤੇ ਉਹਦੇ ਬਾਅਦ ਫਿਰ ਘਰ ਨੂੰ ਚੱਲਦੇ ਹਾਂ ਬਾਈ ਆਪ ਦੀ ਵੀਡੀਓ ਇੱਥੇ ਤੱਕ ਸੀਗੀ ਮੇਰੀ ਵੀਡੀਓ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਵੀਰੇ ਹੱਥ ਬੰਨ ਕੇ ਬੇਨਤੀ ਹੈ ਅਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਰੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰੇ ਆਪਣੇ ਬਾਈ ਨੂੰ ਦੱਬ ਕੇ ਸਪੋਰਟ ਕਰਿਓ ਥੋੜ੍ਹੀ ਜੀ ਵੀਰ ਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਥੋੜ੍ਹੀ ਦੱਬ ਕੇ ਸਪੋਰਟ ਦਿਓ ਵੀਰੇ ਅਤੇ ਮਿਲਦੇ ਹਾਂ ਕੱਲ੍ਹ ਨੂੰ ਕਿਸੇ ਨਵੇਂ ਬਲੌਗ 'ਚ।